ਮਾਈ ਮਨ ਕੋ ਮਾਨ ਨਾ ਤਿਆਗਿਓ ਮਾਈ
ਰਾਗੀਆ
Yeah.
भाई मैं मन को मान ना त्यागे मन को मान ना त्यागे माया के माद जन्म सिरायो माया के माद जन्म सिरायो राम भजन नहीं लगयो माई मैं मन को मान न त्यागयो हाँ विच आया हाँ विच गया हाँ विच जम्या हाँ विच मुआ हाँ विच दित्ता ਹਾਂ ਵਿੱਚ ਗਿਆ ਮੈਂ ਮਨ ਕੋ ਮਾਨ ਨਾ ਤਿਆਗਿਆ ਹਾਂ ਵਿੱਚ ਸੱਚਿਆਰ ਕੂੜਿਆਰ ਹਾਂ ਵਿੱਚ ਪਾਪ ਪੁੰਨ ਵਿਚਾਰ ਹਾਂ ਵਿੱਚ ਨਰਕ ਸੁਰਗ ਅਵਤਾਰ ਮੈਂ ਮਨ ਕੋ ਮਾਨ ਨਾ ਤਿਆਗਿਆ ਹਾਂ ਵਿੱਚ ਅਸੈ ਹਾਂ ਵਿੱਚ ਰੋਵੈ ਮਨ ਕੋ ਮਾਨ ਨਾ ਤਿਆਗਿਆ ਮਾਇਆ ਕੇ ਮਦ ਭਇਓ ਬਾਵਰੋ ਮਾਇਆ ਕੋ ਮਦ ਭਇਓ ਬਾਵਰੋ ਸੂਝਤ ਨਹਿ ਕਿਛ ਗਿਆਨਾ ਜੀਵਨ ਦਾ ਕੋਈ ਮੋੜ ਐਸਾ ਆ ਜਾਂਦਾ ਹੈ ਜਦੋਂ ਮਨੁੱਖ ਸੋਚੀ ਪੈ ਜਾਂਦਾ ਹੈ ਨਹੀਂ ਤੇ ਸੋਚ ਅਸੋਚ ਦਿਵਸ ਜਾਈ ਦਿਨ ਜਿੰਨੇ ਬੀਤ ਰਹੇ ਹੁੰਦੇ ਨੇ ਉਹ ਅਸੋਚ ਹੋ ਕੇ ਬੀਤ ਰਹੇ ਹੁੰਦੇ ਬਲਕਿ ਆਮ ਜੀਵਨ ਵਿੱਚ
ਰੋਜ਼ਾਨਾ ਜੀਵਨ ਵਿੱਚ ਝਾਤ ਮਾਰੀਏ ਅਤੇ ਬਹੁਤੇ ਕੰਮ ਅਸੀਂ ਅਸੋਚ ਹੀ ਕਰ ਰਹੇ ਹਾਂ, ਜਿਨ੍ਹਾਂ ਬਾਰੇ ਕੁਛ ਜਾਣਦੇ ਨਹੀਂ ਸੁਣੇ ਨੇ ਕਰ ਰਹੇ ਹਾਂ। ਸੰਸਾਰਿਕ ਨਿਯਮ ਵੀ ਬਹੁਤ ਆਤ ਉਸ ਐਸੇ ਨੇ ਜਿਨ੍ਹਾਂ ਬਾਰੇ ਅਸੀਂ ਬਿਲਕੁਲ ਕੁਛ ਨਹੀਂ ਜਾਣਦੇ। ਮੈਨੂੰ ਬਹੁਤ ਪਹਿਲੇ ਵੀ ਇੱਕ ਉਦਾਹਰਣ ਯਾਦ ਆਈ, ਸੋਹਣ ਸਿੰਘ ਸੀਤਲ ਬੜੇ ਬਜ਼ੁਰਗ ਢਾਡੀ ਪੁਰਾਤਨ ਢਾਡੀ ਹੋਏ ਨੇ। ਇੱਕ ਵਾਰੀ ਉਹ ਐਗਜ਼ਾਮਪਲ ਦੇਣ ਲੱਗੇ, ਕਹਿਣ ਲੱਗੇ ਬੀਬੀ ਜਦੋਂ ਰੋਟੀ ਪਕਾਉਣ ਲੱਗਦੀ ਹੈ ਨਾ, ਪੁਰਾਤਨ ਰਿਵਾਜ਼ ਹੋਏਗਾ, ਅੱਜ ਕੱਲ੍ਹ ਤਾਂ ਨਹੀਂ, ਪੁਰਾਣੀਆਂ ਰਸਮਾਂ ਸਾਰੀਆਂ ਹੀ ਭੁੱਲ ਗਈਆਂ ਨੇ। ਉਦੋਂ ਅੱਗੋਂ ਕੁਝ ਆਟਾ ਲਾ ਕੇ ਪਿੱਛੇ ਰੱਖ ਦਿੰਦੀ ਸੀ ਅਤੇ ਜੇ ਉਹਦੇ ਕੋਲੋਂ ਕੋਈ ਪੁੱਛੇ ਇਹਦਾ ਕਾਰਨ ਕੀ ਹੈ, ਉਹਨੂੰ ਕੋਈ ਪਤਾ ਨਹੀਂ ਸੀ, ਅਸੋਚ ਸੁਣਿਆ। ਉਹ ਕਹਿੰਦੀ ਮੇਰੀ ਮਾਂ ਰੱਖਦੀ ਸੀ, ਮੇਰੀ ਸੱਸ ਰੱਖਦੀ ਸੀ, ਮੈਂ ਵੀ ਰੱਖਣ ਲੱਗ ਪਈ ਹਾਂ, ਬਸ ਇੰਨਾ ਕੁ ਪਤਾ। ਇਹਨੂੰ ਕਹਿੰਦੇ ਨੇ ਅਸੋਚ, ਕੰਮ ਕਰਨਾ ਪਰ ਜਾਣਨਾ ਨਾ ਵੀ ਇਹ ਕੰਮ ਕਿਉਂ ਕਰਨਾ ਹੈ। ਹੁਣ ਕਦੀ ਇਸ ਐਗਜ਼ਾਮਪਲ ਦੇ ਰੌਸ਼ਨੀ ਵਿੱਚ ਆਪਣੇ ਅੰਦਰ ਝਾਤ ਪਾਈਏ ਤਾਂ ਸਾਨੂੰ ਪਤਾ ਲੱਗੇਗਾ ਕਿ ਬਹੁਤਾਤ ਕੰਮ ਅਸੀਂ ਧਰਮ ਦੇ ਖੇਤਰ ਵਿੱਚ ਵੀ, ਸੰਸਾਰਿਕ ਖੇਤਰ ਵਿੱਚ ਵੀ, ਗ੍ਰਿਸਤੀ ਹੋਣ ਦੇ ਨਾਤੇ ਅਨੇਕਾਂ ਰਸਮਾਂ ਐਸੀਆਂ ਨੇ ਜਿਹੜੀਆਂ ਅਸੀਂ ਕੇਵਲ ਸੁਣੀਆਂ ਸੁਣਾਈਆਂ ਕਰਨੇ ਹਾਂ ਪਰ ਜਾਣਦੇ ਕੁਛ ਨਹੀਂ, ਅਸੋਚ। ਅਤੇ ਗੁਰੂ ਨੇ ਇੱਕ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਨੇ ਜਿਹੜਾ ਕੰਮ ਕੋਈ ਅਸੋਚ ਕਰੇ ਉਹ ਇਉਂ ਹੀ ਹੁੰਦਾ ਹੈ ਜਿਵੇਂ ਕੋਈ ਨਸ਼ੇ ਵਿੱਚ ਕਰੇ। ਨਸ਼ੇ ਵਿੱਚ ਵੀ ਤਾਂ ਲੋਕ ਕੰਮ ਕਰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਅਸੀਂ ਕੀ ਕਰ ਰਹੇ ਹਾਂ। ਡਰਾਈਵ ਕਰਨ ਵਾਲੇ ਜੇ ਡਰਿੰਕ ਕਰਕੇ ਡਰਾਈਵ ਕਰਦੇ ਨੇ ਤਾਂ ਐਕਸੀਡੈਂਟ ਦਾ ਖਤਰਾ ਕਿਉਂ ਵੱਧ ਜਾਂਦਾ ਲੋਕ ਕਹਿੰਦੇ ਨੇ? ਕਿਉਂ ਖਤਰਾ ਹੁੰਦਾ? ਕਿਉਂਕਿ ਉਦੋਂ ਮਦਹੋਸ਼ੀ ਵਿੱਚ, ਨਸ਼ੇ ਵਿੱਚ ਮਨੁੱਖ ਅਸੋਚ ਹੋ ਜਾਂਦਾ ਹੈ, ਸੋਚ ਨਹੀਂ ਰਹਿੰਦੀ। ਅਤੇ ਗੁਰੂ ਕਹਿੰਦੇ ਨੇ ਮੈਂ ਚਾਹੁੰਦਾ ਤੂੰ ਕੁਝ ਸੋਚ ਕੇ ਕਰ। ਉਹ ਨਸ਼ਾ ਕੀ ਹੈ ਅਤੇ ਕਿਵੇਂ ਅਸੋਚ ਕਰ ਦਿੰਦਾ? ਇੱਕ ਲਾਈਨ ਵਿੱਚ ਗੁਰੂ ਨੇ ਆਖ ਦਿੱਤਾ, ਕਹਿਣ ਲੱਗੇ ਮਧ ਮਾਇਆ ਕੇ ਭਇਓ ਬਾਵਰੋ। ਮਧ ਨਾਮ ਨਸ਼ੇ ਦਾ, ਮਾਇਆ ਦਾ ਨਸ਼ਾ। ਦੌਲਤ ਵੀ ਇੱਕ ਨਸ਼ਾ ਹੈ। ਗੁਰੂ ਨੇ ਕੁਝ ਨਸ਼ਿਆਂ ਦੀ ਇੱਕ ਲਿਸਟ ਵੀ ਫਰਮਾਈ ਹੈ, ਕਹਿੰਦੇ ਨੇ ਜੋਬਨ, ਧਨ, ਪ੍ਰਭਤਾ, ਇਹ ਸਾਰੇ ਨਸ਼ੇ ਨੇ।
ਤੇ ਮਨੁੱਖ ਦੇ ਮਨ ਤੇ ਬਹੁਤ ਛੇਤੀ ਅਸਰ ਕਰਦੇ ਨੇ। ਮਨੁੱਖ ਇਹਨਾਂ ਨਸ਼ਿਆਂ ਵਿੱਚ, ਮਨ ਜਿਹੜਾ ਇਹਨਾਂ ਨਸ਼ਿਆਂ ਵਿੱਚ ਬੜੀ ਛੇਤੀ ਨਸ਼ਈ ਹੋ ਜਾਂਦਾ, ਅਸੋਚ ਹੋ ਜਾਂਦਾ। ਗੁਰੂ ਕਹਿੰਦੇ ਨੇ ਜੋਬਨ ਧਨ ਪ੍ਰਭਤਾ ਕੇ ਮਾਧਮ ਹੈ, ਇੱਥੇ ਵੀ ਲਫ਼ਜ਼ ਨੇ ਮਾਇਆ ਕੇ ਮਦ ਜਨਮ ਸਿਰਾਇਓ, ਮਦ ਕਹਿੰਦੇ ਨਸ਼ੇ ਨੂੰ, ਉਹ ਵੀ ਨਸ਼ੇ ਨੇ। ਯੋਵਨ ਧਨ ਪ੍ਰਭਤਾ ਕੇ ਮਾਧਮੇ ਐਨ ਸਰਹਿ ਦੀਵਾਨਾ, ਦੀਵਾਨਾ ਦਾ ਮਤਲਬ ਨਸ਼ਈ, ਅਸੋਚ, ਦਿਨ ਰਾਤ ਹੀ ਨਸ਼ੇ ਵਿੱਚ ਰਹਿੰਦਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸੁਆਣ, ਜੋ ਜਾਣੇ ਮੈਂ ਜੋਬਨਵੰਤ ਸੋ ਹੋਵਤ ਵਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੇ ਜਨਮ ਮਰੈ ਬੋ ਜੋਨ ਭਰਮਾਵੇ। ਅਤੇ ਆਖਰੀ ਲਾਈਨ ਵਿੱਚ ਕਹਿਣ ਲੱਗੇ ਧਨ ਭੂਮਿਕਾ ਜੋ ਕਰੇ ਗੁਮਾਨ, ਇਹ ਵੀ ਮਨ 'ਤੇ ਅਸਰ ਕਰਦੀਆਂ ਨੇ। ਮਨੁੱਖ ਹੰਕਾਰੀ ਹੋ ਜਾ, ਮਨ ਜਿਹੜਾ ਉਹ ਮਾਣ ਕਰਨ ਲੱਗ ਪੈਂਦਾ, ਮੇਰੇ ਕੋਲ ਦੌਲਤ ਜ਼ਿਆਦਾ ਹੈ, ਮੈਂ ਅਮੀਰ ਹਾਂ, ਕਿਸੇ ਗਰੀਬ ਦੀ ਝੌਂਪੜੀ ਕੋਲ ਮੇਰਾ ਘਰ ਮਕਾਨ ਮੇਰੀ ਬਿਲਡਿੰਗ ਨਹੀਂ ਹੋਣੀ ਚਾਹੀਦੀ, ਇਸ ਲਈ ਝੌਂਪੜੀ ਇੱਥੋਂ ਉਠਾ ਦਿਓ। ਧਨ ਭੂਮ ਕਾ ਜੋ ਕਰੇ ਗੁਮਾਨ, ਪਰ ਗੁਰੂ ਕਹਿੰਦੇ ਨੇ ਸੋ ਮੂਰਖ ਅੰਧਾ ਅਗਿਆਨ। ਹੁਣ ਆਪਾਂ ਅਗਲੀ ਲਾਈਨ ਨੂੰ ਸਵੇਰੇ ਵੀ ਵਿਚਾਰਨਾ, ਉਹ ਹੈ ਜੰਗ ਕੇ ਹਿਰਦੇ ਕਰ ਕਿਰਪਾ। ਇੱਥੇ ਕਿਉਂ ਲੱਭ, ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਉਹ ਇਸਦਾ ਅਪੋਜ਼ਿਟ ਲਫਜ਼ ਆ ਗਿਆ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਪਰ ਕਹਿੰਦੇ ਨੇ ਇਹਦੇ ਨਾਲ ਸੁੱਖ ਹੈ, ਨਾਨਕੀ ਹਾਂ ਮੁਕਤ ਅੱਗੇ ਸੁੱਖ ਪਾਵੈ, ਹੈਂ ਗਰੀਬੀ ਵਿੱਚ ਸੁੱਖ ਹੈ। ਕੋਈ ਅੱਜ ਦੇ ਜ਼ਮਾਨੇ ਅੰਦਰ ਇਹ ਗੱਲ ਮੰਨੇਗਾ ਕਿ ਗਰੀਬੀ ਵਿੱਚ ਸੁੱਖ ਹੈ? ਮਨੁੱਖ ਤਾਂ ਸਮਝਦਾ ਅਮੀਰੀ ਵਿੱਚ ਸੁੱਖ ਹੈ, ਕਿਉਂਕਿ ਹਰ ਸੁੱਖ ਜਿਹੜਾ ਮਨੁੱਖ ਨੂੰ, ਆਮ ਮਨੁੱਖ ਨੂੰ ਚਾਹੀਦਾ, ਉਹ ਸਾਰਾ ਖਰੀਦਿਆ ਜਾ ਸਕਦਾ, ਇਹ ਖਰੀਦਣ ਲਈ ਪੈਸਾ ਚਾਹੀਦਾ, ਗਰੀਬ ਆਦਮੀ ਖਰੀਦ ਨਹੀਂ ਸਕਦਾ। ਕਿਉਂਕਿ ਅੱਜ ਦਾ ਸੁੱਖ ਕਾਰ ਵਿੱਚ ਹੈ, ਅੱਜ ਦਾ ਸੁੱਖ ਵੱਡੀ ਬਿਲਡਿੰਗ ਵਿੱਚ ਹੈ, ਅੱਜ ਦਾ ਸੁੱਖ ਨੌਕਰਾਂ ਚਾਕਰਾਂ ਵਿੱਚ ਹੈ, ਇਹ ਸਾਰਾ ਕੁਛ ਖਰੀਦਣ ਲਈ ਦੌਲਤ ਚਾਹੀਦੀ ਹੈ, ਇਸ ਲਈ ਗਰੀਬ ਨਹੀਂ ਹੋਣਾ ਚਾਹੀਦਾ, ਗਰੀਬ ਨਹੀਂ ਹੋਣਾ ਚਾਹੀਦਾ। ਪਰ ਗੁਰੂ ਕਹਿੰਦੇ ਨੇ ਕਿ ਜੇ ਰੱਬ ਦੀ ਰਹਿਮਤ ਹੋਵੇ ਤਾਂ ਗਰੀਬ ਬਣਦਾ, ਉਹ ਇਹ ਨਹੀਂ ਕਿ ਉਸ ਕੋਲ ਦੌਲਤ ਨਹੀਂ ਰਹਿੰਦੀ, ਇਹ ਨਹੀਂ ਕਿ ਉਸਦੇ ਘਰ ਰੋਟੀ ਨਹੀਂ ਪੱਕਦੀ, ਉਹ ਕੀਮਤੀ ਕੱਪੜਾ ਨਹੀਂ ਪਾ ਸਕਦਾ,
ਉਹਦਾ ਘਰ ਘੱਟ ਕੋਈ, ਇਹ ਉਹਨੂੰ ਗਰੀਬ ਨਹੀਂ ਕਹਿੰਦੇ, ਜਿਹਦਾ ਮਨ ਗਰੀਬ ਹੈ ਸਵਾਲ, ਕਿਉਂਕਿ ਮਨ ਨੇ ਹੀ ਹੰਕਾਰੀ ਹੋਣਾ ਹੈ, ਮਨ ਨੇ ਹੀ ਗਰੀਬੀ ਧਾਰਨ ਕਰਨੀ ਹੈ। ਅਤੇ ਮਨ ਦੀ ਗਰੀਬੀ ਕੀ ਹੈ? ਨਿਮਰਤਾ। ਇਹ ਮਾਣ ਦਾ ਅਪੋਜ਼ਿਟ ਲਫਜ਼ ਹੈ। ਪਰ ਅੱਜ ਦੇ ਸ਼ਬਦ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਆਖ ਰਹੇ ਨੇ, ਮੈਂ ਦੇਖਦਾ ਕੀ ਹਾਂ, ਮਨ ਆਪਣੇ ਆਪ ਵਿੱਚ ਜਿਹੜੀ ਅੰਦਰਲੀ ਗਰੀਬੀ ਹੈ ਉਹ ਧਾਰਨ ਨਹੀਂ ਕਰਦਾ, ਬਲਕਿ ਮਾਣ ਵਿੱਚ ਹੈ, ਹਰ ਗੱਲ ਦਾ ਮਾਣ ਕਰ ਰਿਹਾ। ਉਦਾਹਰਨ ਦਿੱਤੀ ਨੇ, ਕਹਿਣ ਲੱਗੇ ਮਾਈ ਮੈਂ ਮਨ ਕੋ ਮਨ ਨਾ ਤਿਆਗਿਆ, ਮਨ ਕੋ ਮਨ ਨਾ ਤਿਆਗਿਆ, ਮਾਇਆ ਕੇ ਮਦ ਨਸ਼ੇ ਵਿੱਚ ਜਨਮ ਸਿਰਾਇਓ, ਆਰਾਮ ਭਜਨ ਨਹੀਂ ਲੱਗਿਓ। ਰੱਬ ਵੀ ਭੁੱਲ ਗਿਆ, ਉਹ ਸਮਝਦਾ ਮੈਂ ਰੱਬ ਵੀ ਖਰੀਦ ਸਕਣਾ। ਸਾਧੂ ਨੇ ਕਿਉਂ ਬਾਰ ਬਾਰ, ਮੈਂ ਕਈ ਪੱਖ ਜਦੋਂ ਮੇਰੇ ਸਾਹਮਣੇ ਆਉਂਦੇ ਨੇ ਤੇ ਮੈਂ ਹੈਰਾਨ ਹੁੰਦਾ, ਗੁਰਮਤ ਵਿੱਚ, ਗੁਰਮਤ ਸਿਧਾਂਤ ਵਿੱਚ ਕਿਹੜੀ ਰੋਸ਼ਨੀ ਹੈ। ਮਨੁੱਖ ਭੁਲੇਖਾ ਨਾ ਖਾਵੇ, ਚਾਨਣ ਵਿੱਚ ਮਨੁੱਖ ਭੁੱਲਦਾ ਨਹੀਂ, ਹਮੇਸ਼ਾ ਅੰਧੇਰੇ ਵਿੱਚ ਭੁੱਲਦਾ। ਤੇ ਗੁਰੂ ਆਪਣੀ ਰਸਨਾ ਤੋਂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ, ਮਨੁੱਖ ਮਾਣ ਹੰਕਾਰ ਇੰਨਾ ਕਰਨ ਲੱਗ ਪੈਂਦਾ, ਦੌਲਤ 'ਤੇ ਵੀ ਖੋਰੇ, ਮੈਂ ਰੱਬ ਵੀ ਖਰੀਦ ਲੈਂਦਾ ਕਿਉਂਕਿ ਮੇਰੇ ਕੋਲ ਦੌਲਤ ਹੈ। ਤੇ ਗੁਰੂ ਨੇ ਆਪਣੀ ਰਸਨਾ ਤੋਂ ਇੱਕ ਗੱਲ ਕਿਉਂ ਆਖ ਦਿੱਤੀ? ਕਹਿਣ ਲੱਗੇ ਸੁਕਿਰਤ ਕਰ ਕਰ ਲੀਜੈ ਰੇ ਮਨ, ਮਨ ਰੱਬ ਸੁਕਿਰਤ ਨਾਲ ਪ੍ਰਸੰਨ ਹੁੰਦਾ ਹੈ। ਪੌੜੀ ਸੇਵ ਕੀਤੀ ਸੰਤੋਖੀ, ਜਿਨ ਸੱਚੋ ਸਹਿਜ ਤੇ ਆਇਆ, ਉਨੀ ਮੰਦੇ ਪੈਰ ਨਾ ਰੱਖੀਆਂ। ਬੁਰਾਈਆਂ ਵਿੱਚੋਂ ਦੌਲਤ ਨਹੀਂ ਕਮਾਈ ਜਾਂਦੀ, ਦੌਲਤ ਸੁਕਿਰਤ ਕਰਕੇ ਵੀ ਕਮਾਈ ਜਾਂਦੀ ਹੈ। ਪਰ ਗੁਰੂ ਨੇ ਮਨੁੱਖ ਦੇ ਮਨ ਦੀ ਅਵਸਥਾ ਦੀ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗੇ ਉਹ ਸਮਝਦਾ ਵੀ ਪਾਪਾਂ ਬਾਝੋਂ ਹੋਵੇ ਨਹੀਂ, ਇਹ ਜਿਹੀ ਦੌਲਤ ਹੈ ਖੌਰੇ ਪਾਪ ਵਿੱਚੋਂ ਹੀ ਪੈਦਾ ਹੁੰਦੀ ਹੈ, ਝੂਠ ਬੋਲ ਕੇ, ਫਰੇਬ ਕਰਕੇ, ਠੱਗੀਆਂ ਕਰਕੇ, ਰਿਸ਼ਵਤ ਲੈ ਕੇ, ਇਹ ਸਮਝਦਾ ਵੀ ਇਸੇ ਨਾਲ ਦੌਲਤ ਮਿਲਦੀ ਹੈ, ਪਾਪਾਂ ਬਾਝੋਂ ਹੋਵੇ ਨਹੀਂ, ਇਹ ਮਨੁੱਖ ਦੀ ਸੋਚ ਹੈ। ਪਰ ਗੁਰੂ ਕਹਿੰਦੇ ਨਹੀਂ, ਕਰ ਸੁਕਿਰਤ, ਉਹ ਜਿਹੜੀ ਪਾਪਾਂ ਦੀ ਕਮਾਈ ਹੈ ਨਾ, ਉਹਦੇ ਨਾਲ ਤੂੰ ਜੇ ਧਰਮ ਕਮਾਉਣਾ ਚਾਹੇਗਾ, ਬਿਲਕੁਲ ਰੱਬ ਖੁਸ਼ ਨਹੀਂ ਹੋਏਗਾ, ਰੱਬ ਖੁਸ਼ ਨਹੀਂ ਹੋਏਗਾ।
ਉਹ ਧਰਮ ਧਰਮ ਨਹੀਂ ਹੋਵੇਗਾ ਜਿਹੜਾ ਪਾਪ ਨਾਲ ਕੀਤਾ ਜਾਏ। ਪਰ ਮਨੁੱਖ ਸਮਝਦਾ ਵੀ ਸਭ ਅਖੰਡ ਪਾਠ ਕਰਾਵਾਂਗੇ, ਅਰਦਾਸ ਕਰ ਲਵਾਂਗੇ, ਸਾਰੇ ਗੁਨਾਹ ਬਖਸ਼ੇ ਜਾਣਗੇ, ਕਿਉਂਕਿ ਮਨੁੱਖ ਸਮਝਦਾ ਵੀ ਖੋਰੇ ਮੈਂ ਪੈਸੇ ਨਾਲ ਰੱਬ ਖਰੀਦ ਸਕਣਾ। ਪਰ ਇਹ ਅਸੋਚ ਹੈ, ਸੋਚ ਨਹੀਂ, ਇਹ ਨਸ਼ੇ ਵਿੱਚ, ਮਾਇਆ ਦੇ ਨਸ਼ੇ ਵਿੱਚ ਗੱਲ ਕਰ ਰਿਹਾ ਹੈ। ਗੁਰੂ ਆਪਣੀ ਰਸਨਾ ਤੋਂ ਆਖ ਰਹੇ ਨੇ, ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜਨ ਨਹੀਂ ਲੱਗਿਓ। ਨਸ਼ੇ ਵਿੱਚ ਹੁਣ ਨਸ਼ਾ ਕਦੋਂ ਟੁੱਟਦਾ ਹੈ? ਨਸ਼ਾ ਨਸ਼ੇ ਤੋਂ ਬਾਹਰ ਨਿਕਲੇ ਤਾਂ ਸੋਚ ਆਵੇ, ਨਸ਼ੇ ਵਿੱਚ ਤਾਂ ਸੋਚ ਹੁੰਦਾ। ਅਤੇ ਗੁਰੂ ਕਹਿੰਦੇ ਨੇ ਜਦੋਂ ਕੋਈ ਦੁੱਖ ਦੇ ਪਹਾੜ ਆ ਡਿੱਗਦੇ ਨੇ ਨਾ, ਉਦੋਂ ਇਹਨੂੰ ਪਤਾ ਲੱਗਦਾ ਵੀ ਕੁਝ ਕਰਨਾ, ਜੋ ਕਰਨਾ ਸੀ ਉਹ ਨਹੀਂ ਕਰ ਸਕਿਆ। ਕਹਿਣ ਲੱਗੇ, ਜਮ ਕੋ ਡੰਡ ਪਰਿਓ ਸਿਰ ਉੱਪਰ, ਤਬ ਸੋਵਤ ਤੈ ਜਾਗੇ। ਹੋਸ਼ ਵਿੱਚ ਆ ਗਿਆ ਜਿਹੜਾ ਨਸ਼ੇ ਵਿੱਚ ਸੀ ਨਾ, ਜਦੋਂ ਕੋਈ ਦੁੱਖ ਆਇਆ ਨਾ, ਜਦੋਂ ਤੱਕ ਪਰਾਈ ਦੌਲਤ, ਪਰਾਇਆ ਧਨ ਤਨ ਤੇ ਆਪਣਾ ਹੱਕ ਜਮਾਈ ਬੈਠਾ ਸੀ, ਅਤੇ ਚੋਰੀ ਕਰਕੇ ਵੀ, ਰਾਹਮਾਰੀ ਕਰਕੇ ਵੀ ਆਪਣੇ ਆਪ ਨੂੰ ਸੁਰੱਖਿਅਤ ਸਮਝਦਾ ਸੀ, ਓਨੀ ਦੇਰ ਇਹਦਾ ਨਸ਼ਾ ਨਹੀਂ ਸੀ ਟੁੱਟਿਆ। ਅਤੇ ਜਿਸ ਦਿਨ ਕੇਸ ਬਣ ਗਿਆ, ਅਦਾਲਤ ਵਿੱਚ ਫੜਿਆ ਗਿਆ, 10-20 ਸਾਲ ਦੀ ਸਜ਼ਾ ਹੋ ਗਈ, ਹੁਣ ਕੀ ਉਹ ਸਾਰਾ ਕੁਝ ਜਿਹੜਾ ਅਸੋਚ ਸੀ ਸੋਚੀ ਪੈ ਗਿਆ, ਜੇ ਨਾ ਕਰਦਾ ਆ ਗੁਨਾਹ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ। ਤੈ ਸੋਵਤ ਤਬ ਸੋਵਤ ਤੈ ਜਾਗਿਓ, ਸੁੱਤਾ ਹੋਇਆ ਜਾਗ ਗਿਆ, ਅਸੋਚ ਤੋਂ ਸੋਚੀ ਪੈ ਗਿਆ। ਫਿਰ ਉਹਨੂੰ ਚੇਤਾ ਆਇਆ ਵੀ ਮੈਂ ਕੋਈ ਗੁਨਾਹ ਕੀਤਾ ਨਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਇਸ 6 ਲਾਈਨਾਂ ਦੇ ਸ਼ਬਦ ਵਿੱਚ ਬਹੁਤ ਕੁਝ ਸਮਝਾਇਆ। ਤੇ ਕਹਿੰਦੇ ਨੇ, ਤਬ ਸੋਵਤ ਤੈ ਜਾਗਿਓ, ਫਿਰ ਪਛਤਾਉਂਦਾ ਹੈ ਵੀ ਇਹ ਕੰਮ ਨਾ ਕਰਦਾ, ਜੇਲ੍ਹ ਵਿੱਚ ਬੈਠਾ, ਗ੍ਰਿਫਤਾਰ ਹੋ ਗਿਆ, ਹੱਥ ਕੜੀ ਲੱਗੀ ਹੋਈ ਹੈ, ਸੋਚੀ ਕਰਦਾ ਪਿਆ, ਕਹਿੰਦਾ ਇਹ ਕੰਮ ਨਾ ਕਰਦਾ ਤਾਂ ਚੰਗਾ ਹੁੰਦਾ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਹੁਣ ਪਛਤਾਉਣ ਦਾ ਕੀ ਫਾਇਦਾ, ਕਹਾਂ ਹੋ ਅਬ ਕੇ ਪਛਤਾਏ, ਹੁਣ ਤੇਰੇ ਪਛਤਾਉਣ ਦਾ ਕੀ ਫਾਇਦਾ ਹੋਏਗਾ, ਚੰਗਾ ਹੁੰਦਾ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਪਹਿਲਾਂ ਹੀ ਸੋਚ ਲੈਂਦਾ ਬੁਰਾਈਆਂ ਦਾ ਫਲ ਕੀ ਹੈ, ਕਹਾਂ ਹੋ ਤਾਂ ਅਬ ਕੇ ਪਛਤਾਏ, ਛੂਟ ਨਾ ਨਾ ਭਾਗੇ ਹੋ। ਜੇ ਤੂੰ ਆਖੇ ਵੀ ਹੁਣ ਮੈਂ ਭੱਜ ਕੇ ਇਸ ਜੇਲ੍ਹ 'ਚੋਂ ਨਿਕਲ ਜਾਵਾਂ, ਛੁਟਕਾਰਾ ਪਾ ਲਵਾਂ ਇਸ ਸਜ਼ਾ ਤੋਂ,
ਇਹ ਤੇਰੇ ਵੱਸ ਦੀ ਗੱਲ ਨਹੀਂ। ਕਹਾ ਹੋਤ ਅਬ ਕੇ ਪਛਤਾਏ, ਛੁੱਟ ਨਾ ਨਿਭਾਗੇ ਉਹ। ਭੱਜ ਕੇ ਦੌੜ ਕੇ ਤੂੰ ਹੁਣ ਇਸ ਗੁਨਾਹਾਂ ਦੇ ਫਲ ਤੋਂ ਨਿਕਲ ਨਹੀਂ ਸਕੇਗਾ। ਚੰਗੀ ਗੱਲ ਹੁੰਦੀ ਜੇ ਪਹਿਲਾਂ ਹੀ ਸੋਚਦੋ ਵੀ ਇਹਦਾ ਨਤੀਜਾ ਕੀ ਹੈ। ਪਰ ਕਹਿੰਦੇ ਨੇ ਇਹ ਮਨੁੱਖ ਸੋਚਦਾ ਉਦੋਂ ਹੈ ਜਦੋਂ ਗੁਰਬਾਣੀ ਨਾਲ ਗੁਰੂ ਨਾਲ ਜੁੜਦਾ ਹੈ ਅਤੇ ਗੁਰੂ ਗਿਆਨ ਬਖਸ਼ਦਾ ਕਿ ਬੁਰਾਈਆਂ ਤੋਂ ਬਚ। ਨਰ ਅਚੇਤ ਪਾਪ ਤੇ ਡਰ ਰਹੇ, ਆਉਣ ਵਾਲੀ ਸਜ਼ਾ ਤੋਂ ਨਾ ਡਰ, ਪਹਿਲਾਂ ਪਾਪ ਤੋਂ ਡਰ ਤਾਂ ਕਿ ਤੈਨੂੰ ਪਤਾ ਹੋਵੇ ਪਾਪ ਦਾ ਫਲ ਕੀ ਹੈ। ਉਦੋਂ ਤਾਂ ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਸਾਰਾ। ਪਰ ਗੁਰੂ ਕਹਿੰਦੇ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਚੰਗਾ ਹੁੰਦਾ ਪਹਿਲਾਂ ਹੀ ਆਪਣੇ ਆਪ ਨੂੰ ਚੇਤੰਨ ਕਰ ਦਿਉ। ਪਰ ਹੁਣ ਚੇਤੰਨ ਕਦੋਂ ਹੋਇਆ? ਜਦੋਂ ਗੁਰੂ ਦੀ ਬਖਸ਼ਿਸ਼ ਸਦਕਾ ਗੁਰੂ ਚਰਨਾਂ ਵਿੱਚ ਆ ਕੇ ਜੁੜਿਆ। ਫਿਰ ਗੁਰੂ ਨੇ ਸਮਝਾਇਆ, ਭਲਿਆ ਪਾਪ ਨਾ ਕਰ, ਪਾਪ ਪੂਰਾ। ਫਿਰ ਗੁਰੂ ਨੇ ਸਮਝਾਇਆ, ਗੁਰੂ ਤੇਗ ਬਹਾਦਰ ਪਾਤਸ਼ਾਹ ਵੀ ਇਹੋ ਗੱਲ ਆਖ ਰਹੇ ਨੇ, ਕਹਿ ਰਹੇ ਨੇ, ਇਹ ਚਿੰਤਾ, ਹੁਣ ਚਿੰਤਾ ਵਿੱਚ ਆ ਗਿਆ, ਫਿਕਰ ਹੋ ਗਿਆ। ਪਰ ਇਹ ਫਿਕਰ ਉਦੋਂ ਹੋਇਆ ਜਦੋਂ ਗੁਰਬਾਣੀ ਨਾਲ ਜੁੜਿਆ, ਗੁਰੂ ਨਾਲ ਜੁੜਿਆ। ਇਹ ਚਿੰਤਾ ਉਪਜੀ ਮਨ ਮੈਂ ਜਬ ਗੁਰ ਚਰਨਨ ਅਨਰਾਗਿਓ। ਇਹ ਚਿੰਤਾ, ਚੇਤਨਤਾ, ਇਹ ਸੋਚ, ਇਹ ਫਿਕਰ ਵੀ ਉਦੋਂ ਪੈਦਾ ਹੋਇਆ ਕਿ ਮੈਂ ਗੁਨਾਹ ਨਾ ਕਰਾਂ ਇਹਦਾ ਫਲ ਕੀ ਮਿਲੇਗਾ। ਜਦੋਂ ਤੇਰ ਗੁਰੂ ਨਾਲ ਨਹੀਂ ਜੁੜਦਾ ਓਨੀ ਦੇਰ ਇਹੋ ਜਿਹਾ ਗਿਆਨ ਵੀ ਨਹੀਂ ਹੁੰਦਾ। ਦਿਨ ਰਾਤ ਨਸ਼ੇ ਵਿੱਚ, ਮਾਇਆ ਦੇ ਨਸ਼ੇ ਵਿੱਚ, ਦੌਲਤ ਦੇ ਨਸ਼ੇ ਵਿੱਚ, ਆਪਣੇ ਜੋਬਨ ਦੇ ਨਸ਼ੇ ਵਿੱਚ, ਗੁਨਾਹਾਂ ਦੇ ਨਸ਼ੇ ਵਿੱਚ ਕੰਮ ਕਰੀ ਜਾਂਦਾ। ਗੁਰੂ ਕਹਿੰਦੇ ਨੇ ਇਹ ਚਿੰਤਾ ਉਪਜੀ ਮਨ ਮੈਂ ਜਬ ਗੁਰ ਚਰਨਨ ਅਨਰਾਗਿਓ। ਜਦੋਂ ਗੁਰੂ ਚਰਨਾਂ ਨਾਲ ਜੁੜਿਆ ਨਾ, ਇਹ ਮਨ ਮੰਦਰ ਚਿੰਤਾ ਆ ਗਈ, ਭਾਵ ਜਾਗਰਤੀ ਆ ਗਈ ਕਿ ਆਹ ਕਰਨਾ ਹੈ ਆਹ ਨਹੀਂ ਕਰਨਾ, ਕਿਉਂਕਿ ਗੁਰੂ ਨੇ ਆਵਾਜ਼ ਦਿੱਤੀ, ਆਖਿਆ ਸੋ ਕਿਛ ਕਰ, ਸੋ ਕਿਛ ਕਰ ਜਿਤ ਮੈਲ ਨਾ ਲੱਗੇ, ਜਿੰਨੀ ਕਮੀ ਨਾਹੀ ਗੁਣ, ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀਵੇ ਸਾਈ ਦੇ ਦਰਬਾਰ। ਇਹ ਚਿੰਤਾ ਉਪਜੀ ਮਨ ਮੈਂ ਜਬ ਗੁਰ ਚਰ, ਜਬ ਗੁਰ ਚਰਨਨ ਅਨਰਾਗਿਓ। ਤੇ ਜਦੋਂ ਗੁਰੂ ਨਾਲ ਜੁੜਿਆ ਤਾਂ ਜੀਵਨ ਸਫਲ ਹੋ ਗਿਆ। ਜਿਹੜਾ ਮਾਇਆ ਦੇ ਮਦ ਵਿੱਚ ਬੇਅਰਥ ਜਾ ਰਿਹਾ ਸੀ, ਮਾਇਆ ਕੇ ਮਦ ਜਨਮ ਸਿਰਾਇਓ,
ਸਾਰਾ ਜਨਮ ਹੀ ਵਿਅਰਥਾ ਜਾ ਰਿਹਾ ਸੀ, ਹੁਣ ਉਲਟ ਹੋ ਗਿਆ। ਸਫਲ ਜਨਮ ਨਾਨਕ ਤਬ ਹੁਆ, ਕਿਹਦਾ ਸਪਸ਼ਟ ਹੈ ਨਤੀਜਾ ਦਿੱਤਾ ਨੇ, ਇੱਕੋ ਸ਼ਬਦ ਵਿੱਚ ਆਰੰਭ ਕਰਕੇ ਅਖੀਰ ਤੇ ਉੱਥੇ ਕਹਿਤਾ ਨੇ ਮਾਇਆ ਕੇ ਮਧ ਜਨਮ ਸਰਾਇਓ, ਇੱਥੇ ਕਹਿੰਦੇ ਨੇ ਸਫਲ ਜਨਮ ਨਾਨਕ ਤਬ ਹੁਆ। ਇੱਕੋ ਸ਼ਬਦ ਵਿੱਚ ਆ ਅਤੇ ਅੰਤ ਦੋਨੋਂ ਚੀਜ਼ਾਂ ਸਮਝਣ ਵਾਲੀਆਂ ਨੇ। ਆਖਰੀ ਤੁੱਕ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ, ਸਫਲ ਜਨਮ ਨਾਨਕ ਤਬ ਹੁਆ ਜੋ ਪ੍ਰਭ ਜਸ ਮੈਂ ਪਾਗਿਓ। ਪਰ ਮਨੁੱਖ ਮਨ ਇੰਨਾ ਅਸੋਚ ਹੋ ਚੁੱਕਾ ਹੈ, ਇਹਨਾਂ ਮਾਇਆ ਦੇ ਨਸ਼ੇ ਵਿੱਚ ਹੋ ਚੁੱਕਾ ਹੈ ਕਿ ਨਸ਼ੇ ਦੇ ਦਰਮਿਆਨ ਮਨੁੱਖ ਅਸੋਚ ਹੋ ਗਿਆ, ਸਮਝਦਾ ਹੀ ਨਹੀਂ। ਗੁਰੂ ਨੇ ਬਾਣੀ ਵਿੱਚ ਆਖਿਆ ਕਿ ਇੱਥੋਂ ਤੱਕ ਅਸੋਚ ਹੋ ਗਿਆ ਹੈ, ਅੰਦਰ ਪ੍ਰਭੂ ਹੈ ਪਰ ਉਹਨੂੰ ਪਛਾਣਦਾ ਨਹੀਂ। ਮਦ ਮਾਇਆ ਕੇ ਭਇਓ ਬਾਵਰਾ, ਮਦ ਮਾਇਆ ਕੇ ਭਇਓ ਬਾਵਰੋ, ਸੂਜਤ ਨੈ ਕਿਛ ਗਿਆਨ, ਘਟ ਹੀ ਭੀਤਰ ਬਸਤ ਨਿਰੰਜਨ। ਰੱਬ ਅੰਦਰ ਰਹਿੰਦਾ, ਮਾਲਕ ਅੰਦਰ ਹੈ, ਪਰ ਮੈਂ ਆਮ ਜੀਵਨ ਰੋਜ਼ਾਨਾ ਜੀਵਨ ਦੇ ਅੰਦਰ ਲੋਕਾਂ ਦੇ ਕਈ ਵਾਰ ਪੋਸਟਾਂ ਪਾਈਆਂ, ਰੱਬ ਜੇ ਹੁੰਦਾ ਤਾਂ ਜੀ ਦਿਸਦਾ ਕਿਉਂ ਨਹੀਂ? ਗੁਰੂ ਨੇ ਇਸ ਗੱਲ ਦਾ ਜਵਾਬ ਦਿੱਤਾ, ਕਹਿੰਦੇ ਨੇ ਤੈਨੂੰ ਮੈਂ ਦੱਸਣਾ ਚਾਹੁੰਦਾ ਵੀ ਰੱਬ ਤੇਰੇ ਅੰਦਰ ਹੈ ਪਰ ਤੈਨੂੰ ਦਿਸਦਾ ਨਹੀਂ, ਤੈਨੂੰ ਅਨੁਭਵ ਨਹੀਂ, ਤੈਨੂੰ ਅਹਿਸਾਸ ਕੋਈ ਨਹੀਂ ਹੁੰਦਾ। ਕਾਰਨ ਕੀ ਹੈ? ਸਤਿਗੁਰੂ ਕਹਿੰਦੇ ਨੇ ਪੂਜਤ ਨੈ ਕਿਛ ਗਿਆਨ, ਘਟ ਹੀ ਭੀਤਰ ਬਸਤ ਨਿਰੰਜਨ। ਤਾਂ ਕੋ ਮਰਮ ਨਾ ਜਾਣ, ਘਟ ਹੀ ਭੀਤਰ ਬਸਤ ਨਿਰੰਜਨ। ਰੱਬ ਨੇੜੇ ਹੈ, ਬਲਕਿ ਗੁਰੂ ਨਾਨਕ ਨੇ ਤਾਂ ਇੱਥੋਂ ਤੱਕ ਆਖ ਦਿੱਤਾ, ਕਹਿਣ ਲੱਗੇ ਬੰਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਬੰਬੀਰੀ ਜਿਹੜੀ ਆ ਫੁੱਲਾਂ 'ਤੇ ਛੋਟਾ ਜਿਹਾ ਪੰਛੀ ਫਿਰਦਾ, ਉਹਦੇ ਖੰਭ ਬੜੇ ਪਤਲੇ ਹੁੰਦੇ ਨੇ, ਆਰ ਪਾਰ ਦਿਸ ਦੇਖ ਸਕਦਾ। ਕਹਿੰਦੇ ਨੇ ਇੰਨੀ ਤੇਰੇ ਅਤੇ ਰੱਬ ਦੇ ਦਰਮਿਆਨ ਵਿੱਚ ਇੰਨੀ ਦੂਰੀ ਵੀ ਨਹੀਂ, ਸਿਰਫ ਤੂੰ ਦੇਖ ਨਹੀਂ ਸਕਦਾ ਇਸ ਵਾਸਤੇ ਦੂਰ ਹੈ। ਬੰਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ, ਇੰਨਾ ਨੇੜੇ ਜੇ ਫਿਰ ਮੈਨੂੰ ਦਿਸਦਾ ਕਿਉਂ ਨਹੀਂ? ਲਓ, ਇਸ ਗੱਲ ਦਾ ਜਵਾਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਸ਼ਬਦ ਵਿੱਚ ਨਾਲ ਮੇਲ ਖਾਂਦਾ ਹੈ। ਗੁਰੂ ਕਹਿੰਦੇ ਨੇ ਦਿਸਦਾ ਇਸ ਲਈ ਨਹੀਂ, ਹਾਂ ਭੀਤ ਭਇਓ ਹੈ ਵਿੱਚੋਂ,
ਰੱਬ ਸੁਣਿਆ ਨੇੜੇ ਹੈ, ਉਹ ਦੂਰ ਨਹੀਂ। ਪਰ ਮੇਰੇ ਅਤੇ ਉਹਦੇ ਦਰਮਿਆਨ ਵਿੱਚ ਇੱਕ ਮਾਣ ਹੰਕਾਰ ਦੀ ਹਉਮੈ ਦੀ ਦੀਵਾਰ ਬਣ ਗਈ। ਬੀਤ ਕਹਿੰਦੇ ਨੇ ਦੀਵਾਰ ਨੂੰ, ਮੇਰੇ ਅਤੇ ਰੱਬ ਦੇ ਦਰਮਿਆਨ ਵਿੱਚ ਇੱਕ ਹੋਂ ਦੀ ਦੀਵਾਰ ਹੈ, ਹੋਂ ਦੀ ਦੀਵਾਰ। ਮਨੁੱਖ ਮਾਣ ਹੰਕਾਰ ਨਾਲ ਇਹ ਸੋਚ ਹੀ ਨਹੀਂ ਸਕਦਾ ਕਿ ਇਹਦਾ ਨਤੀਜਾ ਕੀ ਹੈ। ਗੁਰੂ ਨੇ ਆਪਣੀ ਰਸਤ ਤੋਂ ਇੱਕ ਥਾਂ 'ਤੇ ਬੜੀ ਸੋਹਣੀ ਐਗਜ਼ਾਮਪਲ ਦਿੱਤੀ, ਕਹਿਣ ਲੱਗੇ, ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ ਸੇ ਫਲ ਕੰਮ ਨਾ ਆਵਣੀ। ਸਿਮਲ ਰੁੱਖ ਇਸ ਕਿਸਮ ਦਾ, ਬਿਲਕੁਲ ਸਿਮਲ ਰੁੱਖ ਸਰਾਏ ਰਾ ਦੀਰਘ ਆਤਮੁੱਚ, ਆਸਾ ਦੀ ਵਾਰ ਵਿੱਚ ਵੀ ਸਲੋਕ ਹੈ। ਪਰ ਇੱਥੇ ਇੱਕ ਗੱਲ ਸਪਸ਼ਟ ਕਰ ਦਿੱਤੀ ਨੇ, ਕਹਿਣ ਲੱਗੇ ਜਿਵੇਂ ਸਿਮਲ ਰੁੱਖ ਹੈ ਵੱਡਾ, ਅਤੇ ਮੈਜਨ ਕਹਿੰਦੇ ਨੇ ਤੋਤੇ ਨੂੰ, ਅਤੇ ਜਿਹੜਾ ਤੋਤਾ ਹੈ ਉਹ ਭੁੱਲ ਕੇ ਉਸ ਸਿੰਬਲ ਰੁੱਖ ਉੱਤੇ ਬੈਠ ਜਾਂਦਾ ਹੈ, ਵੀ ਇੱਥੋਂ ਦਾ ਫਲ ਵੀ ਬੜਾ ਟੇਸਟੀ, ਬੜਾ ਸਵਾਦਲਾ ਹੋਵੇਗਾ। ਪਰ ਉੱਧਰ ਵੀ ਇਹੋ ਹੀ ਗੱਲ ਆਖੀ ਨੇ, ਸਿੰਬਲ ਰੁੱਖ ਸਰਹਿਰਾ ਅੱਧੀ ਰਿਗਾ ਚ ਮੁੱਚ, ਉਹ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿੱਤ। ਪੰਛੀ ਆਉਂਦੇ ਨੇ ਆਸ ਲੈ ਕੇ, ਉਹਦੇ ਫਲ ਵੀ ਬੜੇ ਮਿੱਠੇ ਹੋਣਗੇ, ਪਰ ਨਿਰਾਸ਼ ਹੋ ਕੇ ਚਲੇ ਜਾਂਦੇ ਨੇ, ਉੱਥੋਂ ਉੱਡ ਜਾਂਦੇ ਨੇ। ਕਿਉਂ? ਉਹਨਾਂ ਨੂੰ ਪਤਾ ਲੱਗ ਜਾਂਦਾ ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਫਲ ਫਿੱਕੇ ਨੇ। ਔਰ ਉਸ ਸ਼ਬਦ ਵਿੱਚ ਵੀ ਇਹੋ ਗੱਲ ਆਖੀ ਨੇ, ਸਿਮਲ ਰੁੱਖ ਸਰੀਰ ਮੈਂ ਜਣ ਦੇਖ ਭੁਲਾਨ ਸੇ ਫਲ ਕੰਮ ਨਾ ਆਵਣੀ। ਜਿਹੜਾ ਹੰਕਾਰੀ ਹੈ, ਮਨੁੱਖ ਮਾਣ ਵਾਲਾ, ਬਹੁਤ ਉੱਚਾ ਆਪਣੇ ਆਪ ਨੂੰ ਅਖਵਾਉਣ ਵਾਲਾ, ਉਹਦੇ ਫਲ ਵੀ ਕੰਮ ਨਹੀਂ ਆਉਂਦੇ, ਉਹਦੇ ਫਲ ਮਿੱਠੇ ਨਹੀਂ ਹੁੰਦੇ। ਹੰਕਾਰੀ ਪੁਰਸ਼ ਦੀ ਬੋਲੀ, ਉਹਦੇ ਕੰਮ ਸੰਸਾਰ ਅੰਦਰ ਮਿੱਠੇ ਕਦੀ ਨਹੀਂ ਹੁੰਦੇ, ਬੋਲੇਗਾ ਕੌੜਾ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਮਾਥੇ ਤ੍ਰਿਕੁਟੀ ਦ੍ਰਿਸ਼ਟ ਤਰੂਰ, ਗੁਰਬਾਣੀ ਅੰਦਰ ਹਰ ਇੱਕ ਚੀਜ਼ ਨੂੰ ਸਪਸ਼ਟ ਕੀਤਾ ਗਿਆ। ਕਹਿੰਦੇ ਉਹਦੀ ਨਿਸ਼ਾਨੀ ਕੀ ਹੈ? ਉਹ ਹਮੇਸ਼ਾ ਹਰ ਇੱਕ ਨੂੰ ਵੇਖ ਕੇ ਮੱਥੇ 'ਤੇ ਤਿਉੜੀ ਪਾਏਗਾ, ਹੈ ਇਹ ਮੇਰੇ ਸਾਹਮਣੇ ਕੀ ਹੈ। ਤ੍ਰਿਕੁਟੀ ਕਹਿੰਦੇ ਨੇ ਤਿਉੜੀ, ਆਪਣੇ ਪੰਜਾਬ ਦੀ ਬੋਲੀ ਵਿੱਚ ਮਤਲਬ ਹੁੰਦਾ ਹੈ ਤਿਉੜੀ, ਇਹਦੇ ਤਾਂ ਤਿਉੜੀ ਮੱਥੇ 'ਤੇ ਤਿਉੜੀ ਨਹੀਂ ਮੁੱਕਦੀ, ਭਾਵ ਹਰ ਇੱਕ ਨੂੰ ਪਸੰਦ ਹੀ ਨਹੀਂ ਕਰਦਾ। ਇਹਦੀ ਦ੍ਰਿਸ਼ਟੀ ਕੌੜੀ ਹੈ, ਜ਼ਬਾਨ ਦੀ ਬੋਲੀ ਕੌੜੀ ਹੋ ਜਾਂਦੀ ਹੈ ਜਿਹੜਾ ਹੰਕਾਰੀ ਪੁਰਸ਼ ਹੋਵੇ। ਗੁਰੂ ਬਾਣੀ ਵਿੱਚ ਕਹਿੰਦੇ ਨੇ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜੇਬਾ ਕੀ ਫੂਲ। ਇਹ ਜੇਬਾ ਦੀ ਬਿਮਾਰੀ ਹੈ, ਬੋਲ ਕੌੜੇ ਹੋ ਜਾਂਦੇ ਨੇ, ਦ੍ਰਿਸ਼ਟ ਕਰੂਰ ਹੋ ਜਾਂਦੀ ਹੈ, ਕਿਸੇ ਨੂੰ ਪਸੰਦ ਨਹੀਂ ਕਰਦਾ। ਹੁਣ ਕੌੜੇ ਤੋਂ ਮਿੱਠੀ ਕਿਵੇਂ ਬਣੇ, ਮਿੱਠੀ ਕਿਵੇਂ ਬਣੇ? ਕਿਉਂਕਿ ਹੰਕਾਰ ਨੇ ਕੌੜਾ ਕਰ ਦਿੱਤਾ ਸੀ, ਰੱਬ ਮਿੱਠਾ ਹੈ,
ਮਿੱਠ ਬੋਲੜਾ ਜੀ ਹਰਸੱਜਣ ਸੁਆਮੀ ਮੇਰਾ ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਬੋਲ ਨਾ ਜਾਣੇ ਗੁਸਾਈ ਮਹੰਡਾਈ ਠੜਾ ਅਮ ਅੱਬੇ ਥਾਵੋਂ ਮਿੱਠੜਾ ਉਹ ਇੰਨਾ ਮਿੱਠਾ ਹੈ ਕਿ ਉਹਦੇ ਨਾਲ ਸਾਂਝ ਤੇਰੀ ਕਿਵੇਂ ਬਣੇ ਤੂੰ ਕੌੜਾ ਹੈ ਅਤੇ ਕੌੜਾ ਹੈ ਹੰਕਾਰ ਕਰਕੇ ਤੇਰੇ ਅੰਦਰ ਕੂੜ ਹੈ ਤੂੰ ਕਿਸੇ ਨੂੰ ਪਸੰਦ ਨਹੀਂ ਕਰਦਾ ਬੋਲੇ ਕੌੜਾ ਤੇਰੀ ਉਹਦੇ ਨਾਲ ਬਣ ਕਿਵੇਂ ਆਵੇ ਉਹ ਮਿੱਠਾ ਹੈ ਕਹਿਣ ਲੱਗੇ ਆਹ ਕਾਰਨ ਹੈ ਤੇਰੀ ਅਤੇ ਉਹਦੀ ਦੂਰੀ ਕਹਿਣ ਲੱਗੇ ਮਿੱਠਤ ਨੀਵੀਂ ਨਾਨਕਾ ਨੀਵਿਆਂ ਵਿੱਚ ਮਿਠਾਸ ਹੁੰਦੀ ਹੈ ਹੰਕਾਰੀਆਂ ਵਿੱਚ ਨਹੀਂ ਮਿੱਠਤ ਨੀਵੀਂ ਨਾਨਕਾ ਬਲਕਿ ਮੈਂ ਤਾਂ ਆਪਣੀ ਰਸਮ ਤੋਂ ਕਈ ਵਾਰੀ ਆਪਸ ਵਿੱਚ ਵਿਚਾਰਾਂ ਕਰਦਿਆਂ ਵੀ ਇੱਕ ਗੱਲ ਆਖੀ ਹੈ ਕਿ ਦੇਖ ਲਓ ਗੰਨੇ ਵਿੱਚ ਅਤੇ ਵਾਂਸ ਵਿੱਚ ਕੀ ਫਰਕ ਹੈ ਇੱਕੋ ਜਿਹੀ ਸ਼ਕਲ ਹੈ ਵਾਂਸ ਦੀ ਵੀ ਅਤੇ ਗੰਨੇ ਦੀ ਵੀ ਉਸੇ ਤਰ੍ਹਾਂ ਪੋਰੀਆਂ ਹੁੰਦੀਆਂ ਨੇ ਉਸੇ ਤਰ੍ਹਾਂ ਸਿੱਧਾ ਵੱਧਦਾ ਜਿਵੇਂ ਬਾਂਸ ਅਤੇ ਗੰਨਾ ਪਰ ਫਰਕ ਸਿਰਫ ਹੈ ਉਹ ਇਹ ਕਿ ਬਾਂਸ ਬਹੁਤ ਉੱਚਾ ਚਲਾ ਜਾਂਦਾ ਅਤੇ ਗੰਨਾ ਨੀਵਾਂ ਰਹਿੰਦਾ ਨਤੀਜਾ ਹੁੰਦਾ ਕਿ ਨਿਕਲਦਾ ਕਿ ਗੰਨੇ ਦਾ ਹਰ ਇੱਕ ਅੰਗ ਰੋਮ ਰੋਮ ਮਿਠਾਸ ਨਾਲ ਭਰ ਜਾਂਦਾ ਹੈ ਗੰਨੇ ਵਿੱਚ ਮਿਠਾਸ ਉਹ ਮਿਠਾਸ ਵਾਂਸ ਵਿੱਚ ਕਿਉਂ ਨਹੀਂ ਬਲਕਿ ਬਾਬਾ ਕਬੀਰ ਜੀ ਦੇ ਦੋ ਸਲੋਕ ਪੜ੍ਹਨ ਵਾਲੇ ਨੇ ਨਾਲ ਨਾਲ ਕਹਿਣ ਲੱਗੇ ਮੈਂ ਦੇਖਦਾ ਕੀ ਹਾਂ ਇੱਕ ਪਾਸੇ ਚੰਦਨ ਕਾ ਬਿਰਵਾ ਭਲਾ ਵਿਹੜਿਓ ਢਾਕ ਪਲਾਸ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਪਰ ਇੱਕ ਖਿਆਲ ਕਿ ਉਹ ਹਰ ਇੱਕ ਚੰਦਨ ਦਾ ਬੂਟਾ ਦੂਜੇ ਨੂੰ ਚੰਦਨ ਨਹੀਂ ਜੇ ਬਣਾ ਸਕਦਾ ਉਹ ਸਪੈਸ਼ਲ ਚੰਦਨ ਹੈ ਜਿਹੜਾ ਬਹੁਤ ਛੋਟਾ ਹੁੰਦਾ ਜਿਹਨੂੰ ਬਾਵਨ ਚੰਦਨ ਆਖਦੇ ਨੇ ਅਤੇ ਬਾਵਨ ਦਾ ਅਰਥ ਕੀ ਹੈ ਬਵੰਜਾ ਗਿਣਤੀ ਵਿੱਚ ਬਵੰਜਾ ਨੂੰ ਯੂਪੀ ਵਿੱਚ ਬਾਵਨ ਆਖਦੇ ਨੇ 51, 52, 53 52 ਉਹਦਾ ਨਾਮ ਬਾਵਨ ਚੰਦਨ ਕਿਉਂ ਹੈ ਕਿਉਂਕਿ ਉਹ ਸਿਰਫ 52 ਉਂਗਲਾਂ ਉੱਚਾ ਹੁੰਦਾ ਹੈ ਉਹ ਵੱਡਾ ਦਰਖਤ ਨਹੀਂ ਹੁੰਦਾ ਉਹਦੇ ਵਿੱਚ ਸ਼ਕਤੀ ਹੈ ਉਸ 52 ਉਂਗਲਾਂ ਦੇ ਉੱਚ ਕੇਵਲ ਦਰਖਤ ਵਿੱਚ ਇੰਨੀ ਤਾਕਤ ਹੈ ਔਰ ਕਿਸੇ ਦਰਖਤ ਨੂੰ ਉੱਚੇ ਦਰਖਤ ਨੂੰ ਵੀ ਚੰਦਨ ਬਣਾ ਸਕਦਾ ਹੈ ਬਾਬਾ ਕਬੀਰ ਜੀ ਨੇ ਆਖਿਆ ਚੰਦਨ ਕਾ ਬਿਰਵਾ ਭਲਾ ਵਿਹੜਿਓ ਢਾਕ ਪਲਾਸ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਪਰ ਨਾਲ ਹੀ ਕਹਿਣ ਲੱਗੇ ਮੈਨੂੰ ਦੁੱਖ ਹੈ ਬਾਂਸ ਬੜਾਈ ਬੂਢਿਆ ਇਉਂ ਮਤ ਬੂਡੋ ਕੋਏ ਵਾਂਸ ਹੰਕਾਰ ਵਿੱਚ ਬਹੁਤ ਉੱਚਾ ਚਲਾ ਗਿਆ ਮੈਂ ਉੱਚਾ ਹਾਂ ਕਹਿਣ ਲੱਗੇ ਉਸ ਹੰਕਾਰ ਨੇ ਉਹਨੂੰ ਇੰਨਾ ਵਜ਼ਨ ਕਰ ਦਿੱਤਾ ਕਿ 52 ਚੰਦਨ ਦੇ ਕੋਲ ਹੁੰਦਿਆਂ ਵੀ ਬਾਕੀ ਦਰਖਤ ਚੰਦਨ ਹੋ ਗਏ ਵਾਂਸ ਚੰਦਨ ਨਾ ਹੋ ਸਕਿਆ ਉਹ ਖੁਸ਼ਬੂ ਨਾ ਪ੍ਰਾਪਤ ਕਰ ਸਕਿਆ ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ ਕਹਿਣ ਲੱਗੇ ਬਾਂਸ ਬਡਾਈ ਬੂਢਿਆ ਇਉਂ ਮਤ ਬੂਡੋ ਕੋਏ ਚੰਦਨ ਕੇ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ ਕਹਿਣ ਲੱਗੇ ਰੱਬ ਨੇੜੇ ਹੈ ਮਾਲਕ ਤੇਰੇ ਤੋਂ ਦੂਰ ਨਹੀਂ ਪਰ ਦੁਖਾਂਤ ਇੱਕੋ ਹੈ ਤੇਰਾ ਮਨ ਹੰਕਾਰ ਵਿੱਚ ਮਾਣ ਵਿੱਚ ਹੈ ਉਹ ਮਾਣ ਛੱਡ ਨਹੀਂ ਰਿਹਾ ਇਸ ਲਈ ਤੇਰੇ ਅਤੇ ਉਹਦੇ ਦਰਮਿਆਨ ਵਿੱਚ ਇੱਕ ਹੋਂ ਹੋਂ ਦੀ ਦੀਵਾਰ ਹੈ
ਜਿਹੜੀ ਖਤਮ ਨਹੀਂ ਹੋ ਰਹੀ। ਜਿਸ ਦਿਨ ਤੂੰ ਮਾਨ ਤਿਆਗ ਦੇਗਾ ਉਸ ਦਿਨ ਮਾਲਕ ਨਾਲ ਤੇਰਾ ਮਿਲਾਪ ਹੋ ਜਾਏਗਾ। ਕੱਲ੍ਹ ਨੂੰ ਸਵੇਰ ਨੂੰ ਆਪਾਂ ਅਗਲਾ ਹਿੱਸਾ ਵਿਚਾਰਨਾ ਕਿ ਮਾਨ ਤਿਆਗਣਾ ਪ੍ਰਭੂ ਦੇ ਮਿਲਾਪ ਦੀ, ਸੰਸਾਰ ਦੇ ਮਿਲਾਪ ਦੀ ਇੱਕ ਕਿਰਿਆ ਹੈ ਜਿਹੜੀ ਸਮਝਣ ਵਾਲੀ ਹੈ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਬਾਬਾ ਕਬੀਰ ਜੀ ਨੇ ਵੀ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਵੀ ਇਹੋ ਗੱਲ ਸਮਝਾਈ ਹੈ। ਕਹਿਣ ਲੱਗੇ ਤੇਰੀ ਅਤੇ ਰੱਬ ਦੀ ਦੂਰੀ ਕੀ ਹੈ? ਉਹ ਦੂਰੀ ਇੱਕੋ ਗੱਲ 'ਤੇ ਨਿਰਭਰ ਹੈ, ਉਹ ਇਹ ਮਾਈ ਮੈਂ ਸਵੇਰ ਦੇ ਦੀਵਾਨ ਵਿੱਚ ਇਹ ਵੀ ਵਿਚਾਰਨਾ ਕਿ ਇਹ ਦੂਰੀ ਜਿਹੜੀ ਮਾਨ ਦਰਮਿਆਨ ਵਿੱਚ ਹੰਕਾਰ ਕੌੜਾਪਨ ਮਿੱਠ ਬੋਲੜੇ ਨਾਲੋਂ ਦੂਰੀ ਬਣਾਈ ਬੈਠਾ ਹੈ, ਇਹ ਕਿਵੇਂ ਹਟੇ? ਕਿਉਂ ਜ਼ਰੂਰੀ ਹੈ? ਨਿਮਰਤਾ, ਨਿਵਾਨ, ਉਹਦੀ ਨਿਸ਼ਾਨੀ ਕੀ ਹੈ? ਇਹ ਆਪਾਂ ਸਵੇਰੇ ਵਿਚਾਰਾਂਗੇ। ਗੁਰੂ ਬਖਸ਼ਿਸ਼ ਕਰੇ, ਕਿਉਂਕਿ ਸੰਸਾਰ ਇਹ ਨਹੀਂ ਨਿਰੰਕਾਰ, ਸੰਸਾਰ ਅੰਦਰ ਵੀ ਮਿਲਾਪ ਤਦ ਹੁੰਦੇ ਨੇ ਜਿੱਥੇ ਕੌੜਾਪਣ ਨਾ ਹੋਵੇ। ਕਿਸੇ ਦੋਸਤ ਨਾਲ ਤੁਸੀਂ ਹਮੇਸ਼ਾ ਕੌੜਾ ਬੋਲੋ, ਉਹ ਦੂਰ ਹੋ ਜਾਂਦਾ ਹੈ। ਮਿਠਾਸ ਹਰ ਇੱਕ ਨੂੰ ਚੰਗੀ ਲੱਗਦੀ ਹੈ। ਸਤਿਗੁਰੂ ਨੇ ਕਿਉਂ ਕਹਿ ਦਿੱਤਾ, ਮਿੱਠਾ ਸੋ ਜੋ ਭਾਵਦਾ, ਮਿੱਠਾ ਪਾਉਂਦਾ ਹੈ, ਜਿਹੜਾ ਵੀ ਮਿੱਠਾ ਹੈ ਉਹ ਪਾਉਂਦਾ ਹੈ। ਇਸ ਲਈ ਭਾਵੇਂ ਬੋਲ ਮਿੱਠੇ ਹੋਣ, ਭਾਵੇਂ ਕੋਈ ਮਿਠਾਈ ਸੰਸਾਰਿਕ ਪਦਾਰਥ ਮਿੱਠੇ ਹੋਣ, ਉਹ ਲੋਕ ਖੁਸ਼ੀਆਂ ਨਾਲ ਕਿਉਂ ਮੰਨਦੇ ਨੇ? ਮਿਠਾਈ ਖੁਸ਼ੀਆਂ ਵੇਲੇ ਵੰਡਦੇ ਨੇ, ਕਿਸੇ ਕਮੀ ਵੇਲੇ ਕਿਉਂ ਨਹੀਂ ਵੰਡਦੇ? ਕਿਉਂਕਿ ਮਿਠਾਸ ਦਾ ਸੰਬੰਧ ਖੁਸ਼ੀ ਨਾਲ ਹੈ। ਇਹ ਸਾਰੀਆਂ ਗੱਲਾਂ ਦਾ ਪਿਛੋਕੜ ਸਮਝਣਾ ਹੈ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੇ ਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।